ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਪੰਜਾਬ 'ਚ ਝੋਨੇ ਦੀ ਬਿਜਾਈ ਸ਼ੁਰੂ ਹੋ ਚੁੱਕੀ ਹੈ, ਪਰ ਕਿਸਾਨਾਂ ਨੂੰ ਪ੍ਰਵਾਸੀ ਮਜ਼ਦੂਰ ਨਾ ਮਿਲਣ ਕਾਰਨ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤਰ੍ਹਾਂ ਬਟਾਲਾ ਦੇ ਰੇਲਵੇ ਸਟੇਸ਼ਨ 'ਤੇ ਕਿਸਾਨ ਟ੍ਰੇਨਾਂ ਦੀ ਖਾਕ ਛਾਣ ਰਹੇ ਹਨ, ਉਹਨਾਂ ਦੀਆਂ ਨਜ਼ਰਾਂ ਪ੍ਰਵਾਸੀ ਮਜ਼ਦੂਰਾਂ ਨੂੰ ਖੋਜ ਰਹੀਆਂ ਹਨ। ਕਿਸਾਨ ਰੋਜ਼ਾਨਾ ਸਵੇਰੇ ਸਟੇਸ਼ਨ ਪਹੁੰਚਦੇ ਹਨ, ਪਰ ਪ੍ਰਵਾਸੀ ਮਜ਼ਦੂਰ ਸ਼ਾਮ ਤੱਕ ਨਹੀਂ ਮਿਲਦੇ ਅਤੇ ਕਿਸਾਨ ਨਿਰਾਸ਼ ਹੋ ਕੇ ਵਾਪਸ ਮੁੜ ਜਾਂਦੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਮਜ਼ਦੂਰਾਂ ਦੀਆਂ ਸਾਰੀਆਂ ਮੰਗਾਂ ਮੰਨਣ ਨੂੰ ਤਿਆਰ ਹਨ। 5-6 ਦਿਨ ਹੋ ਗਏ ਆ ਸਟੇਸ਼ਨ 'ਤੇ ਆਉਂਦਿਆਂ, ਜਿਹੜੀ ਗੱਡੀ ਆਉਂਦੀ ਹੈ ਗੱਡੀ ਵਾਲੇ ਵੇਖੀਦਾ, ਆਪਾਂ ਕੱਦੂ ਕਰਕੇ ਆਇਆ ਅਤੇ ਝੋਨਾ ਲਗਾਉਣਾ ਅਤੇ ਲੇਬਰ ਲਿਆਉਣੀ ਹੈ, ਪਰ ਲੇਬਰ ਕੋਈ ਆ ਨਹੀਂ ਰਹੀ। ਬਹੁਤ ਪਰੇਸ਼ਾਨੀ ਲੇਬਰ ਦੀ ਸਾਨੂੰ, ਅਸੀਂ ਘਰ ਵੀ ਕਹਿੰਦੇ ਹਾਂ ਲੇਬਰ ਲੈ ਕੇ ਆ ਗਏ, ਤੁਸੀਂ ਚਾਹ ਚੂਹ ਬਣਾ ਛੱਡਿਓ, ਅਤੇ ਘਰ ਦੇ ਵੇਹਦੇ ਅਤੇ ਲੇਬਰ ਲੈ ਕੇ ਆਏ ਨਹੀਂ ਅਤੇ ਖਾਲੀ ਆ ਗਏ ਨੇ। ਲੇਬਰ ਦੀ ਬਹੁਤ ਪਰੇਸ਼ਾਨੀ, ਅਸੀਂ ਉਹਨਾਂ ਦੀ ਸ਼ਰਤਾਂ ਬਣਨ ਨੂੰ ਮਨਜ਼ੂਰ ਹਾਂ, ਪੈਸੇ ਵੀ ਪੂਰੇ ਦੇਣ ਨੂੰ ਤਿਆਰ ਹਾਂ। ਚਲੋ ਅੱਗੇ 2000 ਰੇਟ ਚੱਲਦਾ, 2200 ਚੱਲਦਾ, ਅੱਜ 3200 ਰੁਪਈਆ ਦੇਣ ਨੂੰ ਅਸੀਂ ਤਿਆਰ ਹਾਂ ਲੇਬਰ ਨੂੰ, ਪਰ ਲੇਬਰ ਜ਼ਿਮੀਂਦਾਰ ਦਾ ਕੰਮ ਕਰਨ ਨੂੰ ਖੁਸ਼ ਨਹੀਂ। ਲੇਬਰ ਬਹੁਤ ਘੱਟ ਆਈ ਹੈ, ਬਹੁਤ ਘੱਟ ਲੇਬਰ ਆਈ ਹੈ। ਹੋਰ ਮਤਲਬ ਕਹਿਣਾ ਕੁਹਣਾ ਕੀ ਇਹਨਾਂ, ਮਤਲਬ ਇਹੋ ਜੇ ਕਿਤੇ ਝੋਨਾ ਹੀ ਗੇਤਰਾ ਕਿਤੇ 5 ਜੂਨ ਨੂੰ ਚਾਲੂ ਕਰ ਦੇਣ, ਜ਼ਿਮੀਂਦਾਰ ਨੇ ਨਿਕਲ ਤਾਂ ਨਹੀਂ ਆ ਸਕਦੀ। ਕੰਡੀਸ਼ਨਾਂ ਦਾਲ ਫੁਲਕਾ ਵੀ ਦੇਈਦਾ, ਦਾਰੂ ਸ਼ਿੱਕਾ ਵੀ ਮੰਗਦੇ ਆ, ਪੈਸਾ ਵੀ ਵੱਧ ਦੇਈਦਾ, ਮਤਲਬ ਇੱਕ ਏਕੜ ਪਿੱਛੇ 1200 ਰੁਪਏ ਵੱਧ ਦੇਣ ਨੂੰ ਤਿਆਰ ਆ, ਪਰ ਲੇਬਰ ਇੱਧਰ ਮੂੰਹ ਨਹੀਂ ਕਰ ਰਹੀ ਜ਼ਿਮੀਂਦਾਰ ਦਾ ਕੰਮ ਕਰਨ। ਕਿਸਾਨਾਂ ਦਾ ਕਹਿਣਾ ਕਿ ਸਰਕਾਰ ਨੇ ਫਸਲ ਲਗਾਉਣ ਦਾ ਸੀਜ਼ਨ 20 ਦਿਨ ਕਰਨ ਕਰਕੇ ਮਜ਼ਦੂਰ ਖੇਤੀ ਵੱਲ ਧਿਆਨ ਨਹੀਂ ਦੇ ਰਹੇ ਅਤੇ ਯੂਪੀ ਬਿਹਾਰ ਤੋਂ ਮਜ਼ਦੂਰ ਵੀ ਹੁਣ ਘੱਟ ਰਹੇ ਹਨ, ਕਿਉਂਕਿ ਉੱਥੇ ਦੀ ਸਰਕਾਰ ਉਹਨਾਂ ਨੂੰ ਹੁਣ ਜ਼ਿਆਦਾ ਮਜ਼ਦੂਰੀ ਦੇ ਰਹੀ ਹੈ। ਹਾਂਜੀ, ਰੋਜ਼ ਹੀ ਆਉਂਦੇ ਹਫ਼ਤੇ ਤੋਂ, ਅਤੇ ਬਟਾਲਾ ਸਟੇਸ਼ਨ 'ਤੇ ਆਉਂਦੇ, ਅੰਮ੍ਰਿਤਸਰ, ਜਲੰਧਰ, ਗੁਰਦਾਸਪੁਰ ਜਾਂਦੇ ਹਾਂ, ਰੋਜ਼ ਹੀ ਡੇਲੀ ਜਾਂਦੇ ਹਾਂ। ਕਈ ਵਾਰ ਮੈਂ ਆਖਣਾ ਆਪਣੇ ਛੋਟੇ ਭਰਾ ਦੀ ਵੀ ਡਿਊਟੀ ਲਾਈ, ਤੂੰ ਵੀ ਸਟੇਸ਼ਨ 'ਤੇ ਰਾਤ ਸਮੇਂ ਰਿਹਾ ਕਰ, ਪਰ ਉਹ ਕਹਿੰਦਾ ਕੋਈ ਭਈਆ ਨਹੀਂ ਆਉਂਦਾ, ਕੋਈ ਲੱਭਦਾ ਨੀਗਾ। ਅਸੀਂ ਤਾਂ ਉਹਨਾਂ ਦੀ ਸੇਵਾ ਕਰਨ ਹਰ ਤਰ੍ਹਾਂ ਤਿਆਰ ਹਾਂ, ਰੇਟ ਵੀ ਜ਼ਿਆਦਾ ਦੇਣ ਨੂੰ ਤਿਆਰ ਹਾਂ ਵੀ ਸਾਡਾ ਝੋਨੇ ਦੀ ਲਵਾਈ ਹੋ ਜੇ, ਪਰ ਬਦਕਿਸਮਤੀ ਇਹ ਭਈਆ ਕੋਈ ਆ ਹੀ ਨਹੀਂ ਜੇ, ਬਿਹਾਰ ਤੋਂ ਭਈਆ ਨਹੀਂ ਕੋਈ ਲੱਭਣ ਰਿਹਾ। ਅੱਗੇ ਉਹ ਜੀ ਸ਼ਰਤਾਂ ਤਾਂ ਕੋਈ ਨਹੀਂ ਗੀਆਂ, ਜਿਹੜਾ ਝੋਨਾ ਲੇਟ ਹੋਣ ਕਰਕੇ ਜਦੋਂ ਕੋਈ ਚੀਜ਼ ਦੀ ਸ਼ਾਰਟੇਜ ਹੋਏ ਤਾਂ ਉਹ ਰੇਟ ਆਟੋਮੈਟਿਕਲੀ ਹਰ ਚੀਜ਼ ਦੇ ਵੱਧ ਜਾਂਦੇ ਆ, ਦਵਾਈਆਂ ਦੀ ਸ਼ਾਰਟ ਕਰਕੇ ਪ੍ਰਵਾਸੀ ਮਜ਼ਦੂਰਾਂ ਦੀ ਆਟੋਮੈਟਿਕਲੀ ਰੇਟ ਉੱਪਰ ਹੋ ਗਏ ਨੇ। ਬਟਾਲਾ ਤੋਂ ਸੁਖਬੀਰ ਸਿੰਘ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ, ਜਿਹਦੇ ਵਿੱਚ ਅਸੀਂ ਤੁਹਾਨੂੰ ਦਿਖਾਉਂਦੇ ਰਹਾਂਗੇ ਨਿਊਜ਼ ਅਪਡੇਟ, ਸਪੈਸ਼ਲ ਸਟੋਰੀਜ਼, ਲਾਈਵ ਕੰਸਰਟ ਤੇ ਇਦਾਂ ਦੀਆਂ ਹੋਰ ਵੀ ਗਤੀਵਿਧੀਆਂ ਨੂੰ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ। ਨੀਚੇ ਦਿੱਤੇ ਹੋਏ ਸਬਸਕ੍ਰਾਈਬ ਐਂਡ ਬੈਲ ਦੀ ਆਪਸ਼ਨ ਤੇ ਕਲਿੱਕ ਕਰੋ ਤਾਂ ਕਿ ਅਸੀਂ ਸਾਡੀਆਂ ਲੇਟੈਸਟ ਅਪਡੇਟਸ ਨੂੰ ਤੁਹਾਡੇ ਤੱਕ ਪਹੁੰਚਾ ਸਕੀਏ।